ਜਿਵੇਂ ਹੀ ਸੀਐਮ ਦੇ ਘਰ ਵੱਲ ਮੋਰਚਾ ਵਧਿਆ ਤਾਂ ਪੁਲਿਸ ਨੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ। ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਬਾਰ ਵੱਡੀ ਗਿਣਤੀ ਵਿੱਚ ਮਜ਼ਦੂਰ ਜਥੇਬੰਦੀਆਂ ਨਾਲ ਜੁੜੇ ਲੋਕ ਪਹੁੰਚੇ। ਸਿਟੀ ਹਮ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸੀਐਮ ਦੇ ਘਰ ਦੇ ਬਾਹਰ ਪੰਜਾਬ ਭਰ ਤੋਂ ਆਏ ਕਿਸਾਨਾਂ ਤੇ ਲਾਠੀ ਚਾਰਜ ਹੋਇਆ। ਪਹਿਲਾਂ ਪਟਿਆਲਾ ਬਾਈਪਾਸ ਤੇ ਇਕੱਠੇ ਹੋਏ ਅਤੇ ਫਿਰ ਸੀਐਮ ਦੀ ਰਿਹਾਇਸ਼ ਵੱਲ ਨੂੰ ਕੂਚ ਕੀਤਾ ਕਿਸਾਨਾਂ ਨੇ। ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਿਆ ਤਾਂ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਸ਼ੁਰੂ ਹੋ ਗਈ। ਸੰਗਠਨਾਂ ਦੀ ਮੰਗ ਹੈ ਕਿ ਮਹਿੰਗਾਈ ਦੇ ਹਿਸਾਬ ਨਾਲ ਮਜ਼ਦੂਰੀ ਵਿੱਚ ਵਾਧਾ ਕੀਤਾ ਜਾਵੇ ਅਤੇ ਪੰਚਾਇਤੀ ਤੇ ਖੇਤੀਬਾੜੀ ਨਾਲ ਕੀਤੇ ਮਸਲੇ ਹੱਲ ਕੀਤੇ ਜਾਣ। ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਤਾਂ ਆਪਣਾ ਪ੍ਰਦਰਸ਼ਨ ਚੁੱਪ ਚਾਪ ਕਰ ਰਹੇ ਸਨ, ਪਰ ਉੱਥੇ ਅਜਿਹੀ ਸਥਿਤੀ ਬਣ ਗਈ ਕਿ ਪੁਲਿਸ ਨੇ ਅਚਾਨਕ ਹੀ ਮਜ਼ਦੂਰਾਂ ਉੱਤੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ। ਔਰ ਤੁਹਾਨੂੰ ਵੀ ਦਿਖਾਉਂਦੇ ਹਾਂ ਉੱਥੇ ਹੋਰ ਕੀ ਕੁਛ ਹੋਇਆ। ਪਰਮਜੀਤ ਲੌਂਗਵਾਲ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਨਰਲ ਸੈਕਟਰੀ। ਅੱਜ ਮੁੱਖ ਮੰਤਰੀ ਦੀ ਰਹਿਸ ਜਿਹੜਾ ਗੀਤਾ ਟਾਈਮ ਆ ਉਹ ਦੇ ਸਕੀਏ। ਦੇਖੋ, ਅਸੀਂ ਪਹਿਲਾਂ ਵੀ ਜਿਹੜਾ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਿਹੜੀਆਂ ਸਾਡੀਆਂ ਮੰਗਾਂ ਸਰਕਾਰ ਨੇ ਮੰਨੀਆਂ ਵੀ ਹੋਈਆਂ ਨੇ ਕਿ ਠੀਕ ਹੈ ਤੁਹਾਡੀਆਂ ਮੰਗਾਂ ਜਾਇਜ਼ ਅਸੀਂ ਪੂਰੀਆਂ ਕਰਾਂਗੇ, ਤੇ ਅਸੀਂ ਪਹਿਲਾਂ ਵੀ ਰਿਹਾਇਸ਼ ਤੇ 3 ਦਿਨਾਂ ਦਾ ਪੱਕਾ ਮੋਰਚਾ ਲਾਇਆ ਸੀ ਤੇ ਸਾਨੂੰ ਮੀਟਿੰਗ ਦਿੱਤੀ ਗਈ ਸੀ ਕਿ ਸੀਐਮ ਨਾਲ ਤੁਹਾਡੀ ਮੀਟਿੰਗ ਕਰਵਾਈ ਜਾਊਗੀ, ਪਰ ਲਗਾਤਾਰ ਸਾਨੂੰ ਮੀਟਿੰਗ ਦਾ ਟਾਈਮ ਦੇ ਕੇ ਲੈਟਰ ਜਾਰੀ ਕਰਕੇ ਪੂਰੀ ਜ਼ਿੰਮੇਵਾਰੀ ਨਾਲ ਉਸ ਤੋਂ ਬਾਅਦ ਸਾਡੇ ਨਾਲ ਮੀਟਿੰਗ ਹੈ ਜਿਹੜੀ ਉਹ ਰੱਦ ਕਰ ਦਿੱਤੀ ਜਾਂਦੀ ਆ, ਉਹ ਮੁੱਕਰ ਜਾਂਦੇ ਨੇ, ਸਾਡੇ ਨਾਲ ਬਹਿ ਕੇ ਗੱਲ ਨਹੀਂ ਕਰਦੇ ਹੈਗੇ। ਔਰ ਅਸੀਂ ਇਹ ਸੀਐਮ ਨੂੰ ਕਿੰਨਾ ਟਾਈਮ ਦੇਤਾ ਕਿ ਪਹਿਲਾਂ ਉਹ ਇਹ ਲਾਰਾ ਲਾਉਂਦੇ ਸੀਗੇ ਗੁਜਰਾਤ 'ਚ ਬਿਜੀ ਆ, ਹਿਮਾਚਲ 'ਚ ਬਿਜੀ ਆ, ਪਰ ਲਗਾਤਾਰ ਮਜ਼ਦੂਰਾਂ ਨੂੰ ਇਗਨੋਰ ਕੀਤਾ ਜਾ ਰਿਹਾ ਹੈ, ਉਹਨਾਂ ਦੇ ਆਗੂਆਂ ਨਾਲ ਗੱਲਬਾਤ ਨਹੀਂ ਕੀਤੀ ਜਾ ਰਹੀ ਔਰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਨਿਚਲੇ ਗਰਾਊਂਡ 'ਚ। ਤਾਂ ਉਹਦੇ ਲਈ ਅੱਜ ਅਸੀਂ ਅੱਕ ਕੇ ਇੱਥੇ ਪੰਜਾਬ ਦੇ ਮਜ਼ਦੂਰ ਨੇ ਜਿਹੜੇ 8 ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਹੇਠ ਇਕੱਠੇ ਹੋਏ ਨੇ ਅਤੇ ਅੱਜ ਅਸੀਂ ਇਹ ਜਿਹੜਾ ਇੱਥੇ ਕੁੰਡਾ ਖੜਕਾਉਣ ਦੀ ਰੈਲੀ ਦੇ ਵਜੋਂ ਇੱਥੇ ਰੱਖਿਆ ਕਿ ਅਸੀਂ ਉਹਦੇ ਜਿਹੜੀ ਕੋਠੀ ਦਾ ਕੁੰਡਾ ਖੜਕਾਉਣ ਆਏ ਹਾਂ ਕਿ ਉਹ ਸੁੱਤੀ ਨੀਂਦ ਤੋਂ ਜਾਗੇ, ਬਾਹਰਲੀਆਂ ਸਟੇਟਾਂ ਦੇ ਵਿੱਚ ਫੇਰੀਆਂ ਮਾਰਨ ਨਾਲ ਆਪਣੇ ਸੂਬੇ ਦਾ ਹਾਲ ਦੇਖੇ ਕਿ ਇੱਥੇ ਮਜ਼ਦੂਰਾਂ ਦੇ ਹਾਲਾਤ ਕੀ ਨੇ। ਕੀ ਨਾਮ ਹੈ ਜੀ ਆਪਣਾ? ਮੈਂ ਪ੍ਰਗਟ ਸਿੰਘ ਕਾਲਾਚਾੜ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਜਿਹੜਾ ਸੂਬਾ ਪ੍ਰੈਸ ਕਰ। ਕੀ ਕਹਿਣਾ ਚਾਹੋਗੇ ਅੱਜ ਤੁਸੀਂ ਮੁੱਖ ਮੰਤਰੀ ਜੀ ਦੇ ਇਸ ਗੇਟ ਦਾ ਰੋਸ ਪ੍ਰਦਰਸ਼ਨ ਕਰਨ? ਅੱਜ ਅਸੀਂ ਪੰਜਾਬ ਦੀਆਂ ਪੇਂਡੂ ਦੇ ਖੇਤ ਮਜ਼ਦੂਰ ਜਥੇਬੰਦੀਆਂ ਸਾਂਝੇ ਮੋਰਚੇ ਦੀ ਅਗਵਾਈ ਦੇ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੱਸਦਿਆਂ ਅਸੀਂ ਕੁੰਡਾ ਹਜ਼ਾਰਾਂ ਦੀ ਗਿਣਤੀ ਵਿੱਚ ਖੜਕਾਉਣ ਪਹੁੰਚੇ ਹਾਂ। ਇਸ ਕਰਕੇ ਖੜਕਾਉਣ ਪਹੁੰਚੇ ਹਾਂ ਕਿਉਂਕਿ ਜਿਹੜਾ ਮੁੱਖ ਮੰਤਰੀ ਆ ਪੰਜਾਬ ਦਾ, ਇਹਦੇ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ, ਵਿੱਤ ਮੰਤਰੀ ਹਰਪਾਲ ਚੀਮੀ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਮਜ਼ਦੂਰਾਂ ਦੇ ਮੰਗਾਂ ਮਸਲਿਆਂ ਸੰਬੰਧ ਦੇ ਵਿੱਚ, ਪਰ ਅੱਜ ਤੱਕ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਬਜਾਏ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਆ, ਅਤੇ ਨਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਅਤੇ ਨਾ ਕੋਈ ਮੀਟਿੰਗ ਦੇ ਮਿੰਟਸ ਜਾਰੀ ਕੀਤੇ ਹੈ, ਅਤੇ ਨਾ ਹੀ ਕੋਈ ਮਜ਼ਦੂਰਾਂ ਦਾ ਉਹ ਠੋਸ ਹੱਲ ਕੀਤਾ। ਇਸ ਕਰਕੇ ਪਿਛਲੇ ਮੋਰਚਾ ਲਾ ਕੇ ਅਸੀਂ ਮੁੱਖ ਮੰਤਰੀ ਨਾਲ 3 ਅਕਤੂਬਰ ਦੀ ਮੀਟਿੰਗ ਲਈ ਸੀ। 3 ਅਕਤੂਬਰ ਦੀ ਮੀਟਿੰਗ ਇਹਨਾਂ ਨੇ ਇਸ ਕਰਕੇ ਡਿਲੇਅ ਕਰਤੀ ਕਿ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ, ਵਿਧਾਨ ਸਭਾ ਦੇ ਸੈਸ਼ਨ ਕਰਕੇ ਇਹਨਾਂ ਨੇ ਕਹਿੰਦੇ ਅੱਗੇ ਮੀਟਿੰਗ ਦੇਵਾਂਗੇ, ਹੁਣ ਤੱਕ ਜਿਹੜਾ ਸਾਨੂੰ ਕੋਈ ਮੀਟਿੰਗ ਆ ਜਿਹੜਾ ਉਹਨਾਂ ਨੇ ਨਹੀਂ ਦਿੱਤਾ। ਇਸ ਕਰਕੇ ਅਸੀਂ ਸਾਡੇ ਬਹੁਤ ਸਾਰੇ ਮਸਲੇ ਹੈਗੇ ਆ, ਸੈਂਟਰ ਨਾਲ ਵੀ ਆ, ਪੰਜਾਬ ਸਰਕਾਰ ਨਾਲ ਵੀ ਹੈ। ਅਸੀਂ ਇਸ ਕਰਕੇ ਕਹਿੰਦੇ ਹਾਂ ਵੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ, ਜਿੰਨਾ ਟਾਈਮ ਉਹ ਵਿੱਚ ਨਹੀਂ ਬੈਠਦਾ, ਉਸ ਪੱਧਰ ਦੇ ਮਸਲੇ ਉਹਨੇ ਹੱਲ ਕਰਨੇ ਹੈ, ਮੁੱਖ ਮੰਤਰੀ ਪੱਧਰ ਦੇ ਕੈਬਨਿਟ ਪੱਧਰ ਦੇ ਮਸਲੇ ਹੈਗੇ ਆ। ਇਸ ਕਰਕੇ ਜਿਹੜੇ ਲੋਕਲ ਪੱਧਰ ਦੇ ਮਸਲੇ ਵੀ ਹੈ ਉਹ ਵੀ ਇਹ ਲਾਗੂ ਨਹੀਂ ਕਰ ਰਹੇ। ਇਸ ਕਰਕੇ ਅਸੀਂ ਰੋਸ ਵਜੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਠੀ ਦਾ ਕੁੰਡਾ ਖੜਕਾਉਣ ਪਹੁੰਚੇ ਹਾਂ। ਹਰ ਹਾਲਤ ਕੁੰਡਾ ਖੜਕੇਗਾ ਕਿਉਂਕਿ ਸਾਨੂੰ ਵਾਰ ਵਾਰ ਇਗਨੋਰ ਕੀਤਾ ਜਾ ਰਿਹਾ, ਵਾਰ ਵਾਰ ਸਾਨੂੰ ਇੱਕ ਜਿਹੜਾ ਮਜ਼ਦੂਰਾਂ ਨੂੰ ਐਂ ਸਮਝਿਆ ਜਾਂਦਾ ਵੀ ਤਾਂ ਇਹ ਤਾਂ ਦਲਿਤ ਨੇ, ਇਹ ਤਾਂ ਨੀਚ ਨੇ। ਇਸ ਤਰੀਕੇ ਨਾਲ ਸਰਕਾਰ ਵੀ ਇਹਨਾਂ ਦਾ ਵੱਡਾ ਪੱਧਰ 'ਤੇ ਵਿਤਕਰਾ ਕਰ ਰਹੀ ਆ, ਔਰ ਅੱਜ ਇਹ ਲੋਕ ਹਰ ਹਾਲਤ ਮੁੱਖ ਮੰਤਰੀ ਦਾ ਕੁੰਡਾ ਖੜਕਾ ਕੇ ਜਾਣਗੇ।